ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਚਲੋ ਬਾਕੀ ਮਸਲੇ ਤਾਂ ਸਾਰਿਆਂ ਦੇ ਸਾਹਮਣੇ ਹੈ ਕਿ ਕਿਵੇਂ ਪਿਛਲੇ ਕਾਫੀ ਦਿਨਾਂ ਤੋਂ ਕਿਸਾਨਾਂ ਦੇ ਵਿੱਚ ਤੇ ਕੇਂਦਰ ਤੇ ਸੂਬੇ ਦੀ ਸਰਕਾਰ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਵੱਖ ਵੱਖ ਮੁੱਦਿਆਂ ਨੂੰ ਲੈ ਕੇ, ਔਰ ਉਹਦੇ ਚ ਭਗਵੰਤ ਮਾਨ ਦਾ ਜਿਹੜਾ ਐਕਟਿਵ ਰੋਲ ਸੀ ਉਹ ਵੀ ਸਾਰਿਆਂ ਦੇ ਸਾਹਮਣੇ ਵੇਖਣ ਨੂੰ ਆਇਆ। ਚਾਹੇ ਉਹ ਲਖੀਮਪੁਰ ਖੇੜੀ ਦਾ ਮਾਮਲਾ ਸੀ, ਮੁਆਵਜ਼ੇ ਦੇਣ ਦੀ ਗੱਲ ਸੀ, ਝੂਠੇ ਕੇਸ ਜਿਹੜੇ ਕਿਸਾਨਾਂ ਤੇ ਪਾਏ ਆ ਉਹ ਵਾਪਸ ਲੈਣ ਦੀ ਗੱਲ ਸੀ, MSP ਨੂੰ ਲੀਗਲ ਦਰਜਾ ਦੇਣ ਦੀ ਗੱਲ ਸੀ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਸੀ, ਜਾਂ ਹੋਰ ਜਿੰਨੇ ਵੀ ਮੁੱਦੇ ਨੇ ਜੋ ਕਿਸਾਨ ਜਥੇਬੰਦੀਆਂ ਉਠਾ ਰਹੀਆਂ ਨੇ, ਉਹਦੇ ਬਾਰੇ ਕਾਫੀ ਦੇਰ ਤੱਕ ਗੱਲਬਾਤ ਚੱਲੀ, ਮਗਰ ਅਖੀਰ ਚ ਉਹ ਗੱਲਬਾਤ ਫੇਲ ਹੋ ਗਈ, ਉਹ ਟੁੱਟ ਗਈ। ਉਦੋਂ ਤਾਂ ਭਗਵੰਤ ਮਾਨ ਦਾ ਰੋਲ ਸਾਹਮਣੇ ਆਇਆ, ਮਗਰ ਕਿਵੇਂ ਭਗਵੰਤ ਮਾਨ ਉਹਨਾਂ ਨੂੰ ਡਬਲ ਕ੍ਰਾਸ ਕਰ ਗਿਆ ਜਾਂ ਦੋਹਰੀ ਰੋਲ ਅਦਾ ਕਰ ਗਿਆ ਜੋ ਹਮੇਸ਼ਾ ਹੀ ਕਰਦੀ ਆਈ ਆ ਆਮ ਆਦਮੀ ਪਾਰਟੀ, ਅੱਜ ਇਸ ਗੱਲ ਤੋਂ ਸਪਸ਼ਟ ਹੋ ਗਿਆ ਕਿ ਹਲੇ ਕਿਸਾਨ ਸ਼ੰਭੂ ਬਾਰਡਰ ਤੇ ਹਰਿਆਣਾ ਤਾਂ ਟੱਪੇ ਹੀ ਨਹੀਂ, ਉਹ ਤਾਂ ਪੰਜਾਬ ਚ ਨੇ, ਪੰਜਾਬ ਦੇ ਸਰਜ਼ਮੀਨ ਤੇ ਉਹ ਬੈਠੇ ਆ, ਮਗਰ ਉਹਨਾਂ ਤੇ ਆਲਰੇਡੀ ਅਥਰੂ ਗੈਸ ਦੀ ਸ਼ੈਲਿੰਗ ਔਰ ਗੋਲੇ ਉਹਨਾਂ ਤੇ ਦਾਗੇ ਜਾ ਰਹੇ ਆ। ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ, ਆ ਗਈ ਨਾ ਬਿੱਲੀ ਥੱਲਿਓ ਬਾਹਰ, ਸੱਚ ਸਾਹਮਣੇ ਆ ਗਿਆ ਕਿ ਕਿਵੇਂ ਤੁਹਾਡੀ ਇੱਕ ਟੈਕਟੀਕਲ ਅੰਡਰਸਟੈਂਡਿੰਗ ਸੀ ਹਰਿਆਣੇ ਸਰਕਾਰ ਨਾਲ, ਔਰ ਤੁਹਾਡੀ ਜ਼ਮੀਨ ਤੁਹਾਡੀ ਹੋਵੇ, ਮੁੱਖ ਮੰਤਰੀ ਪੰਜਾਬ ਦੇ ਤੁਸੀਂ ਹੋ, ਕਿਸਾਨ ਪੰਜਾਬ ਚ ਬੈਠੇ ਹੋਣ, ਤੇ ਕਿਵੇਂ ਹੋ ਸਕਦਾ ਕਿ ਤੁਹਾਡੀ ਮਿਲੀ ਭੁਗਤ ਤੋਂ ਬਗੈਰ ਉਹਨਾਂ ਤੇ ਅਥਰੂ ਗੈਸ ਜਾਂ ਹੋਰ ਜਿਹੜੀ ਵੈਪਨਰੀ ਉਹਨਾਂ ਦੇ ਖਿਲਾਫ ਵਰਤੀ ਜਾ ਰਹੀ ਹੈ, ਕਿਵੇਂ ਵਰਤੀ ਜਾ ਸਕਦੀ ਹੈ? ਚਾਹੇ ਉਹ ਮੀਡੀਆ ਤੇ ਅਟੈਕ ਹੋਇਆ, ਚਾਹੇ ਉਹ ਵੀ ਵਹਿਣਾ ਉੱਥੇ ਤੋੜ ਭੰਨ ਕਰਤੀਆਂ ਗਈਆਂ, ਇਹ ਸਾਰਾ ਕੁਝ ਹੋਇਆ ਪੰਜਾਬ ਚ। ਸੋ ਲੋਕੋ, ਸੁਚੇਤ ਹੋ ਜਾਓ, ਜਾਗ ਜੋ, ਕਿਵੇਂ ਤੁਹਾਡੇ ਨਾਲ ਧੋਖਾ ਤੇ ਮੂਰਖ ਬਣਾਇਆ ਜਾ ਰਿਹਾ ਭਗਵੰਤ ਮਾਨ ਵੱਲੋਂ। ਔਰ ਜੇ ਭਗਵੰਤ ਮਾਨ ਜੀ, ਤੁਹਾਡਾ SSP ਵੀ ਉੱਥੇ ਫਿਰਦਾ ਸੀ, ਜਿਹੜਾ SSP ਤੁਹਾਡਾ ਸਭ ਤੋਂ ਚੇਤਾ ਵਰੁਣ ਸ਼ਰਮਾ, ਜਿਹਨੂੰ ਭਗਵੰਤ ਮਾਨ ਦਾ ਹਿਟਮੈਨ ਵੀ ਕਹਿੰਦੇ ਆ, ਭਗਵੰਤ ਮਾਨ ਨੂੰ ਘਰ ਦੀ ਸ਼ਾਪਿੰਗ ਤੋਂ ਲੈ ਕੇ ਹਰ ਚੀਜ਼ ਵਾਸਤੇ ਉਹਨੂੰ ਵਰਤਿਆ ਜਾਂਦਾ, ਉਹਦੀ ਮੌਜੂਦਗੀ ਵਿੱਚ, ਉਹਦੀ ਹਾਜ਼ਰੀ ਵਿੱਚ, ਤੇ ਇਹ ਕਿਵੇਂ ਹੋ ਸਕਦਾ ਕਿ ਟੀਅਰ ਗੈਸ ਸ਼ੈਲਿੰਗ ਹੋਈ ਆ ਪੰਜਾਬ ਦੇ ਕਿਸਾਨਾਂ ਤੇ? ਇਹ ਸ਼ੋਅ ਕਰਦਾ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਨਹੀਂ, ਤੁਸੀਂ ਹਰਿਆਣੇ ਤੇ ਕੇਂਦਰ ਦੀ ਸਰਕਾਰ ਨਾਲ ਖਲੋਤੇ ਹੋ, ਔਰ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਧੋਖਾ ਕਰ ਰਹੇ ਹੋ? ਇਹ ਗੱਲ ਵੱਖਰੀ ਆ ਕਿ ਕੇਜਰੀਵਾਲ ਸਾਹਿਬ ਕਹਿੰਦੇ ਸਨ ਕਿ ਸਵਾਮੀਨਾਥਨ ਕਮਿਸ਼ਨ ਜੇ ਸੈਂਟਰ ਨੇ ਨਹੀਂ ਲਾਗੂ ਕੀਤਾ ਤੇ ਪੰਜਾਬ ਚ ਸਾਡੀ ਸਰਕਾਰ ਬਣ ਲੈਣ ਦਿਓ, ਅਸੀਂ ਕਰਾਂਗੇ, ਕਿੱਥੇ ਹੋ ਗਈ? ਕਿਸਾਨ ਖੁਦਕੁਸ਼ੀ ਰੁਕ ਰਹੀ, ਕਿਸਾਨ ਨੂੰ ਮੁਆਵਜ਼ਾ ਮਿਲਦਾ ਨਹੀਂ, ਕੁਛ ਕਿਸਾਨ ਨੂੰ ਅੱਜ ਵੀ ਧੋਖੇ ਚ ਰੱਖਿਆ ਜਾ ਰਿਹਾ ਔਰ ਕਿਸਾਨ ਨਾਲ ਧੋਖਾ ਕੀਤਾ ਜਾ ਰਿਹਾ, ਔਰ ਜਦਕਿ ਤੁਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਿਸਾਨੀ ਤੇ ਖੇਤ ਮਜ਼ਦੂਰਾਂ ਲਈ ਕਰਦੇ ਸੀ। ਇਸ ਲਈ ਮੇਰੇ ਲੋਕੋ, ਜਾਗਦੇ ਰਹੋ, ਚਾਹੇ ਉਹ ਸੂਬੇ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਹੈ, ਔਰ ਚਾਹੇ ਉਹ ਸੈਂਟਰ ਦੀ ਸਰਕਾਰ ਹੈ, ਕਿਸਾਨੀ ਮੁੱਦਿਆਂ ਨੂੰ ਲੈ ਕੇ, ਖੇਤ ਮਜ਼ਦੂਰਾਂ ਦੇ ਮੁੱਦਿਆਂ ਨੂੰ ਲੈ ਕੇ ਉਹ ਤੁਹਾਡੇ ਉਲਟੀ ਸਾਬਤ ਹੋ ਰਹੀਆਂ, ਤੁਹਾਡੇ ਨਾਲ ਤੁਹਾਡੇ ਹੱਕ ਚ ਨਹੀਂ ਖੜੀ ਹੋ ਰਹੀ, ਔਰ ਕਿਵੇਂ ਭਗਵੰਤ ਮਾਨ ਭਾਜਪਾ ਦਾ ਹੱਥ ਠੋਕਾ ਬਣ ਗਿਆ, ਇਹ ਵੀ ਇਸ ਸ਼ੈਲਿੰਗ ਤੋਂ, ਅਥਰੂ ਗੈਸ ਦੇ ਜਿਹੜੇ ਗੋਲੇ ਸਿੱਟੇ ਜਾ ਰਹੇ ਆ ਜਾਂ ਕਿਸਾਨਾਂ ਤੇ ਪੰਜਾਬ ਤੇ ਜੋ ਅਟੈਕ ਕੀਤਾ ਜਾ ਰਿਹਾ, ਇੱਕ ਤੋਂ ਸਪਸ਼ਟ ਹੋ ਰਿਹਾ। ਇਸ ਲਈ ਆਈ ਕੰਡੈਮ ਦਿਸ ਐਕਸ਼ਨ। ਇੱਕ ਪਾਸੇ ਤੁਸੀਂ ਜੈ ਜਵਾਨ ਜੈ ਕਿਸਾਨ ਦੀ ਗੱਲ ਕਰਦੇ ਹੋ, ਬਾਰਡਰ ਤੇ ਵੀ ਪੰਜਾਬੀ ਮਰੇ,
ਦੇਸ਼ ਨੂੰ ਅੰਨ ਦੇਣ ਵਾਸਤੇ ਵੀ ਪੰਜਾਬੀ ਮਿੱਟੀ ਨਾਲ ਮਿੱਟੀ ਹੋ ਜੇ, ਮਗਰ ਅੱਜ ਜੇ ਉਸ ਪੰਜਾਬੀ ਨਾਲ ਖਲੋਣ ਦੀ ਗੱਲ ਆ ਰਹੀ ਹੈ, ਉੱਥੇ ਦੋਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੇਂਦਰ ਦੀ ਤੇ ਹਰਿਆਣੇ ਦੀ ਸਰਕਾਰ ਭਾਜਪਾ ਦੀ, ਉਹਦੇ ਚ ਫੇਲ ਸਾਬਿਤ ਹੋ ਰਹੀ ਹੈ, ਉਹਨਾਂ ਨਾਲ ਧੋਖਾ ਕਰ ਰਹੀ ਹੈ। ਇਹ ਗੱਲ ਮੈਂ ਸਮਝਦਾ ਸੀਗਾ ਤੁਹਾਡੇ ਸਾਰਿਆਂ ਦੇ ਸਾਹਮਣੇ ਲਿਆਉਣਾ, ਔਰ ਮੈਂ ਡਿਮਾਂਡ ਕਰਦਾ ਇਮੀਜੀਏਟ ਡਿਸਮਿਸਲ ਆਫ SSP ਪਟਿਆਲਾ, ਔਰ ਉਹਦੇ ਖਿਲਾਫ ਪਰਚਾ ਦਰਜ ਹੋਵੇ ਕਿ ਉਹ ਕਿਸਾਨਾਂ ਨੂੰ ਕਿਸਾਨਾਂ ਦੇ ਨਾਲ ਕਿਵੇਂ ਧੱਕੇਸ਼ਾਹੀ ਕਰ ਰਿਹਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।